हाँ जी वीरे, वाहिगुरु जी का खालसा, वाहिगुरु जी की फतेह। स्वागत है मेरी एक होर वीडियो च। अज पहला तो मैं थोनों लैके जाऊँगा थोड़ा बहुत मोगे राजे ढाबे ढूबे ते कंपनी अपनी रजिस्टर्ड हो गई आ यार मलंग बई ते वेरीफाइड पेज हो गया ते ठीक ही आउंदी आ नाल थोनों पता लग गया होगा बई हुण जेड़ा भी यार मलंग ठीक ही तो बिना आला होगा चैनल वह फेक चैनल होगा। जेड़ा अपना यार मलंग चैनल आ उहदे नाल ठीक ही लगी हुई आ बई वेरीफाइड चैनल आ ये यार मलंग असली चैनल आ। सो सारे जाने भीरे हुण सपोर्ट करो यार, सबसक्राइब करो ते अगे लोगों नूं कहा करो तां जो होर अपने ना बंदे जुड़न ते आपां अपना पेंडू सभ्याचार पंजाबी च लोगों तक पहुँचा सकीए। सो आजो भीरे अगे देखो अपनी वीडियो किवें लगदी आ ते अपनी राय जरूर दिओ थले कमेंटा च ते डिस्क्रिप्शन च मेरा वट्सएप नंबर भी हुंदा, तुसीं वट्सएप भी कर सकदे हो मैनू किसे भी काम लई। आए भाई मुगे अपने पुरानिया जिंदगी दे पुराने तीन चार साल इथे गुजारे ने वधिया। हां जी हां जी, बहुत सोहने पल जिंदगी दे, गोल्डन मोमेंट्स, गोल्डन मोमेंट जेडे कदे भुलदे नहीं। ਲੱਗਦਾ ਅੱਜ ਆਪਣੇ ਕਾਲਜ ਵਾਲੀ ਪੁਰਾਣੀ ਜਗ੍ਹਾ ਤੇ ਆ ਕੇ ਬਹੁਤ ਵਧੀਆ ਲੱਗਦਾ ਵੀਰੇ, ਸਾਰੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ। ਟੁੱਟੇ ਦੇ ਮੋਗੇ ਜਾ ਕੇ ਉੱਜੇ ਹੀ ਮੋਗਾ ਪਿਆ ਕਹਿੰਦੇ ਜਿਹਾ ਸੀਗਾ। ਤਿੰਨ ਸਾਲ ਪਰ ਆਪਾਂ ਨੂੰ ਟੈਨਸ਼ਨ ਨੀ ਹੁੰਦੀ ਜਦੋਂ ਮੋਗੇ ਜਾਂਦੇ, ਪੂਰੀ ਉਹ ਸੀਗੀ। ਆਪਾਂ ਗਾਣਾ ਗੁਣਾ ਸ਼ੂਟ ਕਰਾਂਗੇ ਵਧੀਆ, ਹੁਣ ਤੇਰਾ ਭਾਈ ਡਾਇਰੈਕਟਰ ਬਣ ਜਾਣਾ, ਹੁਣ ਪੈਸੇ ਵਧੀਆ ਮਿਲ ਜਾਂਦੇ ਆ ਨਾ ਜੋਂਗੇ ਜੋਂਗੇ ਵਾਲੇ ਨੂੰ। ਯੂਨੀਵਰਸਿਟੀ ਲਈ ਫਿਰਦਾ ਸੀ ਉਹ ਸਾਤੋਂ, ਜਿਵੇਂ ਸਾਡੀ ਚਲਾਈ ਚਲੋਈ ਸੀਗੀ ਫਿਲਮ ਵਾਲੀ, ਭੰਨੀ ਭੰਨੀ ਗਈ ਸੀ ਮਾੜੀ ਜੀ। 15-20 ਹਜ਼ਾਰ ਰੁਪਿਆ ਦਿੱਤਾ ਸੀ ਉਹਨੂੰ ਠੀਕ ਕਰਾਉਣ ਨੂੰ, ਬਾਅਦ ਚ ਬਹੁਤਾ ਵਿਸਤਾ ਇਹਨਾਂ ਤੋਂ ਲੱਗਿਆ ਵੀ ਜਾਣਾ। ਹੋਰ ਇੱਕ ਉਰੇ ਮੋਗੇ ਸੰਘੇ ਭਾਜੀ ਦੀ ਗੱਡੀ ਸੀ ਸਟੀਮ, ਉਹ ਵੀ ਪੂਰੀ ਪ੍ਰੋਪਰ ਏਜੰਸੀ ਚੋਂ ਯਾਰ। ਮੈਂ ਤਾਂ ਐਂ ਕਿਸੇ ਟਾਈਮ ਬਾਅਦ ਆ ਮੋਗੇ ਕਾਲਜ ਤੋਂ ਬਾਅਦ ਮੈਂ ਉਹਨਾਂ ਨੇ ਤੇ ਮੱਥਾ ਟੇਕਣ ਬਾਬਾ ਸਾਨੂੰ ਇੰਜੀਨੀਅਰ ਬਣਾਇਆ ਸ਼ਹਿਰ ਨੇ, ਪੂਰੇ ਇੰਜੀਨੀਅਰ ਉਹ ਵੀ ਬੈਚਲਰ ਬਣ ਗਏ ਨੇ। ਬੈਚਲਰ ਅਸੀਂ ਬਾਹਰ ਚਲੇ ਗਏ ਨੇ, ਪੁਲ ਪੁਲ ਜੇ ਅਸੀਂ ਬਣਾਉਣੀ ਸੀ ਟਾਈਮ ਸਿਰ ਬਣਾ ਦੇਣੀ ਸੀ ਆਪਾਂ ਫਲਾਈਓਵਰ ਸਾਰੇ। ਨਹੀਂ ਇੱਥੇ ਫੈਕਟਰੀਆਂ ਨੇ ਆਲੂ ਜੀ ਦੀਆਂ ਹੋਣੀਆਂ ਸੀ ਬਈ, ਆਪਾਂ ਸਿਵਲ ਚ ਕਾਹਤੋਂ ਜਾਣਾ, ਆਪਾਂ ਮਕੈਨਿਕਲ ਹੀ ਮੋਗੇ ਚ। ਨਹੀਂ ਆਪਾਂ ਸਰੀਆ ਸੁਰੀਆ ਤਾਂ ਫਿਰ ਉਹ ਕਰਨਾ ਹੀ ਸੀ, ਕਰੀਨਾ ਕਰੂਨਾ ਬਣਾਉਣੀਆਂ ਹੀ ਆਪਾਂ ਨੇ ਜੇਸੀਬੀ ਦੀ ਥਾਂ ਤੇ ਐਲਸੀਬੀ ਆ ਨਾ। ਬਦਮਾਸ਼ ਦੇਖਣੇ ਆ, ਇੱਟ ਚੱਕੀ ਤੇ ਬਦਮਾਸ਼ ਆ, ਨਿੱਕਾ ਨਿੱਕਾ ਜਿਹਾ ਜਵਾਕ ਬਦਮਾਸ਼ ਆ। ਬੱਸਾਂ ਬੜੀਆਂ ਭੰਦੇ ਆ ਦੇਖੋ ਬਾਈ, ਅਸੀਂ ਸਦੀਕ ਤੇ ਜਾਣੇ ਆ ਹੁਣ ਆਰਾਮ ਨਾਲ। ਆਧਾਰ ਸੰਧੂ ਵੀ ਆ, ਆਧਾਰ ਸੰਧੂ ਲਾ ਲਾ, ਸਦੀਕ ਲਾ ਲਾ, ਮੁਹੰਮਦ ਸਦੀਕ ਲਾ ਬਾਈ, ਸੁਣਿਆ ਗਾਣਾ ਤਰ੍ਹਾਂ ਦੇ ਫੰਗ ਵਰਗੀ, ਚੱਟੀ ਮੇਲੀ ਜੱਟ ਨੂੰ ਪਤੰਗ ਵਰਗੀ, ਲਾਲ ਸੂਹੀ ਗੱਟਾ ਤੇਰੀ ਪੱਗ ਵਰਗੀ, ਧੁੱਪ ਵਿੱਚ ਲੱਗਾ ਨੀਰੀ ਅੱਗ ਵਰਗੀ। ਹੌਲੀ ਫੁੱਲ ਤਿੱਤਰਾਂ ਦੇ ਫੰਗ ਵਰਗੀ, ਚੱਟੀ ਮੇਲੀ ਜੱਟ ਨੂੰ ਪਤੰਗ ਵਰਗੀ, ਲਾਲ ਸੂਹੀ ਗੱਟਾ ਤੇਰੀ ਪੱਗ ਵਰਗੀ, ਧੁੱਪ ਵਿੱਚ ਲੱਗਾ ਨੀਰੀ ਅੱਗ ਵਰਗੀ। ਸਾਂਭ ਸਾਂਭ ਰੱਖਾ ਕੱਚ ਦੇ ਸਮਾਨ ਨੂੰ, ਇਹੋ ਹੀ ਫਿਕਰ ਵਸ ਰਹਿੰਦਾ ਜਾਨ ਨੂੰ, ਸਾਂਭ ਸਾਂਭ ਰੱਖਾ ਕੱਚ ਦੇ ਸਮਾਨ ਨੂੰ, ਇਹੋ ਹੀ ਫਿਕਰ ਵਸ ਰਹਿੰਦਾ ਜਾਨ ਨੂੰ। ਜਾਵੇ ਨਾ ਤੜਕ ਕਿਤੇ ਵੰਗ ਵਰਗੀ, ਜੱਟੀ ਮੇਲੀ ਜੱਟ ਨੂੰ ਪਤੰਗ ਵਰਗੀ।
ਪੇਪਰ ਕੱਠੇ ਕੱਢੇ ਮੇਰਾ ਤਿੰਨ ਕਾਲ ਰਹਿ ਕੇ ਜਿਹੜੇ ਕਾਲਜ ਪੂਰਾ ਹੋ ਗਿਆ ਆਓ ਜਾਵੇ ਨਾ ਤੜਕ ਕਿਤੇ ਵੰਗ ਵਰਗੀ ਛੱਟੀ ਮਿਲੀ ਜੱਟ ਨੂੰ ਪਤੰਗ ਵਰਗੀ ਹੁਣ ਪੁੱਛਣ ਦੀ ਕੀ ਦਿੱਕਤ ਦੇਣੀ ਆ ਨਿਊਜ਼ੀਲੈਂਡ ਜਾਇਆ ਏ ਹੁਸ਼ਿਆਰ ਬੈਚਲਰ ਬਣ ਗਏ ਬੈਚਲਰ ਆਫ ਟੈਕਨੋਲੋਜੀ ਪਲੇਸਮੈਂਟਾਂ ਹੋਈਆਂ ਨਿਊਜ਼ੀਲੈਂਡ ਇੱਧਰ ਸਾਡੇ ਵਰਗੇ ਦੀ ਪਲੇਸਮੈਂਟ ਹੋਈ ਨੀ ਖਾਸੀ ਕਾਲਜ ਬਣਾਤੇ ਖਾਸੀਆਂ ਤਰੱਕੀਆਂ ਕਰਕੇ ਬਾਈ ਲੁਧਿਆਣੇ ਲੱਗ ਜਾਓ ਕਟਾਣੀ ਤੋਂ ਲੁਧਿਆਣਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਫਿਰ ਆ ਚੌਂਕੀ ਮਾਨ ਆ ਜਾਓ ਚੌਂਕੀ ਮਾਨ ਦੋ ਤਿੰਨ ਕਾਲਜ ਆ ਇਹਨਾਂ ਦੇ ਗਾਂ ਜੈਤਲ ਚਲੇ ਜਾਓ ਜੈਤਲ ਤੋਂ ਗਾਂ ਮੋਗੇ ਮੋਗੇ ਤੋਂ ਗਾਂ ਫਿਰੋਜ਼ਪੁਰ ਵੀ ਆ ਫਿਰੋਜ਼ਪੁਰ ਦੇ ਨਾਲ ਇੱਕ ਅੰਮ੍ਰਿਤਸਰ ਵੀ ਆ ਕਾਲਜ ਇਹਨਾਂ ਦਾ ਅੰਮ੍ਰਿਤਸਰ ਵੀ ਆ ਤੇ ਦੋ ਕਾਲਜ ਇਹਨਾਂ ਦੇ ਪਟਿਆਲੇ ਵੀ ਆ ਇੰਨੇ ਕਾਲਜ ਬਣਾ ਕੇ ਕਿੱਥੇ ਜਾਣਗੇ ਜਵਾਕ ਸਰ ਦਸਦਾ ਵੀ ਆ ਪੈਸੇ ਹੀ ਬਾਲਾ ਯਾਰ ਲੈ ਲਾ ਇੰਨਾ ਬੁਰਾ ਲੋ ਮੈਂ ਦੇਖਣ ਲੱਗਿਆ ਹੁਣ ਤਾਂ ਯਾਰ ਨਜ਼ਾਰਾ ਇੰਨਾ ਕਾਲਜ ਦਾ ਨਜ਼ਾਰਾ ਸੀ ਯਾਰ ਉਹ ਬੰਦਿਆਂ ਨਾਲ ਹੀ ਨਜ਼ਾਰੇ ਹੁੰਦੇ ਆ ਨਜ਼ਾਰਾ ਬੇਲੀਆਂ ਨਾਲ ਵੱਡੀ ਬੱਸ ਨੀ ਰੋਕਦੀ ਰੋਕਦੀ ਧਰਨਾ ਦਿੱਤਾ ਕੰਧ ਦੇ ਉੱਤੋਂ ਵੀ ਲਗਾ ਦੇਣੀ ਸੀ ਪੀਐਨਟੀਸੀ ਵਾਲੇ ਦੇਖੋ ਬਾਈ ਜੀ ਬਹੁਤ ਔਖੀ ਬਹੁਤ ਔਖੀ ਡਿਊਟੀ ਪੋਸਟ ਸਵੇਰੇ ਆ ਕੇ ਪਹਿਲਾਂ ਟੈਂਟ ਲਾਉਂਦੇ ਆ ਬਾਈ ਚੱਕ ਕਲਾਂ ਵਿਖੇ ਟੈਂਟ ਲਾਉਂਦੇ ਆ ਮੱਛਰ ਦਾ ਨਹੀਂ ਲਾਉਂਦੇ ਨਾਨਕ ਸਰ ਵਾਲਾ ਸ਼ਬੀਲ ਵਾਲੀ ਪੇਪਾ ਨੀ ਪੀ ਕਿੱਥੇ ਉਹ ਨਾਨਕ ਸਰ ਵਾਲਾ ਸ਼ਬੀਲ ਲੱਗੀ ਨਿਊਜ਼ੀਲੈਂਡ ਵੀ ਆ ਆਲ ਬਲੈਕ
ਕੱਟ ਦਿੰਦਾ ਨਹੀਂ ਉਹ ਇਹਦਾ ਹੈਡਫੋਨ ਦਾ ਕੋਈ ਚੱਕਰ ਆ ਹੈਡਫੋਨ ਦਾ ਚੱਕਰ ਆ ਜਾਂ ਫੋਨ ਚ ਕੋਈ ਲੈਗ ਲੂਗ ਆ ਸੋਫਟਵੇਅਰ ਅਪਡੇਟ ਯਾਰ ਪੰਗਾ ਪਾ ਗਿਆ ਜਿਹੜਾ ਆ ਜੀ ਨਾਂ ਸੀ ਰਾਜਾ ਢਾਬਾ ਜਗਰਾਉਂ ਆ ਖੜੀ ਆ ਮਰਸਡੀ ਹੈਲੋ ਜੀ ਠਾਰ ਛੜਿਆਂ ਦੇ ਚੁੱਲੇ ਵਰਗੀ ਤੁਰਦੀ ਹਵਾ ਦੇ ਲੱਗੇ ਬੁੱਲੇ ਵਰਗੀ ਠੰਡੀ ਠਾਰ ਛੜਿਆਂ ਦੇ ਚੁੱਲੇ ਵਰਗੀ ਨਸ਼ਿਆਂ ਦੇ ਵਿੱਚੋਂ ਤੂੰ ਏ ਪੰਗ ਵਰਗੀ ਚੱਟੀ ਮੇਲੀ ਜੱਟ ਨੂੰ ਪਤੰਗ ਵਰਗੀ ਹਏ ਨਸ਼ਿਆਂ ਦੇ ਵਿੱਚੋਂ ਤੂੰ ਏ ਪੰਗ ਵਰਗੀ ਚੱਟੀ ਮੇਲੀ ਜੱਟ ਨੂੰ ਪਤੰਗ ਵਰਗੀ ਬਸ ਦੇਖ ਲਾ ਕੀ ਕਹੀ ਹੈ ਰੋਟੀ ਹੋਈ ਖਾ ਲਾ ਪੀਜ਼ਾ ਤਾਂ ਇਹ ਕਿਹੜਾ ਦੂਜਾ ਬਣਾਉਂਦੇ ਹੋਣੇ ਆ ਕਿਹੜਾ ਬਣਾਉਂਦੇ ਆ ਇਹਦਾ ਦੂਜਾ ਬੇਸ ਦੇ ਉੱਤੇ ਚੀਜ਼ ਪਾ ਦਿੰਦੇ ਹੋਣੇ ਆ ਇਹ ਵੀ ਤੇਰਾ ਬੈ ਤੂੰ ਖਾਣਾ ਨਹੀਂ ਤੂੰ ਰੋਟੀ ਹੋਈ ਖਾਂਦੇ ਸਪੈਸ਼ਲ ਪੀਜ਼ਾ ਖਾਦਾ ਹੀ ਮੱਗੇ ਤੇਰਾ ਹੀ ਦੇ ਕੰਮ ਐਡਾ ਕੁ ਪੀਜ਼ਾ ਹੁੰਦਾ ਉਹ ਹੈ ਐਡਾ ਕੁ ਹੁੰਦਾ ਪਰ ਚੀਜ਼ ਤੂੰ ਜ਼ਿਆਦਾ ਕੰਮ ਨਹੀਂ ਹੈ ਜਿਹੜਾ ਕੋ ਮਰਜ਼ੀ ਮੰਗਾ ਲਾ ਆਪਾਂ ਖਾ ਲੈਣਾ ਤੂੰ ਦੱਸ ਯਾਰ ਬਾਈ ਬਟਰ ਚੀਜ਼ ਮਸਾਲਾ ਚਨਾ ਮਸਾਲਾ ਚੀਜ਼ ਟਮਾਟਰ ਰਾਜਮਾ ਚਨਾ ਪਨੀਰ ਬਲੈਕ ਦਾ ਰਾਜ ਸਪੈਸ਼ਲ ਕੜਾਈ ਮਗਰੋਂ ਕੜਾਈ ਪਨੀਰ ਸ਼ਾਹੀ ਪਨੀਰ ਬਟਰ ਚੀਜ਼ ਮਸਾਲਾ ਚਨਾ ਮਸਾਲਾ ਚੀਜ਼ ਟਮਾਟਰ ਰਾਜਮਾ ਚਨਾ ਪਨੀਰ ਦਾਲ ਬਣਾਈ ਕੜਾਈ ਮਸ਼ਰੂਮ ਕੜਾਈ ਪਨੀਰ ਸ਼ਾਹੀ ਪਨੀਰ ਕੜਾਈ ਮਸ਼ਰੂਮ ਟਿੱਕਾ ਤੂੰ ਕਦੇ ਆਈਸਕ੍ਰੀਮ ਵਾਲਾ ਪਕੌੜਾ ਖਾਧਾ ਟਿੱਕੀ ਆ ਬੰਦੇ ਖਾ ਕੇ ਆਏ ਆ ਮਟਰ ਮਸ਼ਰੂਮ ਤੋਂ ਪੈਦਾ ਮਿਕਸ ਹੋ ਜਾਂਦਾ ਨਵਰਤਨ ਕੋਰਾਂ ਪਾਲਕ ਪਨੀਰ ਪਾਲਕ ਉਹਦਾ ਪਾਲਕ ਤੋਂ ਪੈਦਾ ਦਮ ਆਲੂ ਵਿੱਚ ਜਲ ਪਨੀਰ ਪਾਲਕ ਮਸ਼ਰੂਮ ਪਨੀਰ ਟਿੱਕਾ ਪਨੀਰ ਟਕਾਟਕ ਲਬੜਦਾਰ ਲਬਾਬਦਾਰ ਕੜਾਹੀ ਪਨੀਰ ਹੀ ਮੰਗਾ ਲਾ ਤਾਂ ਉਹਨੇ ਬਾਕੀ ਦਾ ਬੱਕ ਬੱਕਾ ਜਿਹਾ ਹੋਊ ਪਨੀਰ ਪਸੰਦ ਪਨੀਰ ਦੱਸੋ ਬਈ ਜਿਹੜੇ ਕੋਲ ਮਰਜ਼ੀ ਮੰਗਾ ਦਾ ਮੈਂ ਕਿਹਾ ਜਿਹੜੇ ਕੋਲ ਮਰਜ਼ੀ ਮੰਗਾ ਦਾ ਕੜਾਹੀ ਪਨੀਰੀ ਮੰਗਾ ਦਾ ਬੜਾ ਕੁਝ ਕੜਾਹੀ ਪਨੀਰ ਤੂੰ ਪੜ ਕਿੱਥੇ ਲਿਆ ਹੈਗਾ ਆ ਪਿਆ ਆ ਸੀ ਕੜਾਹੀ ਪਨੀਰ ਹਾਂ ਇੱਕ ਕੜਾਹੀ ਪਨੀਰ ਹੋਰ ਬਸ ਤੇ ਰੋਟੀਆਂ ਕਿਹੜੀਆਂ ਰੋਟੀਆਂ ਸਿੰਪਲ ਦੀ ਬਟਰ ਰੋਟੀ ਕਿੱਧਰ ਦੀ ਪਲੇਨ ਰੋਟੀ ਬਟਰ ਰੋਟੀ ਬਟਰ ਰੋਟੀ ਹਾਂ ਬਟਰ ਰੋਟੀ ਰਾਇਤਾ ਰੁਇਤਾ ਨਾਲ ਰਾਇਤਾ ਮੰਗਾ ਦਾ ਨਾਲ ਮਿਕਸ ਰਾਇਤਾ ਮਿਕਸ ਰਾਇਤਾ ਨਾ ਕਿੱਥੇ ਪਈ ਜਾਦਾ ਸ਼ਰਮੀਲਾ ਤੇਰਾ ਪਾਣੀ ਪਰੇ ਨੀ ਜਦੋਂ ਹੱਸੇ ਲੱਡੂਆਂ ਦਾ ਮੀਂਹ ਵਰੇ ਨੀ ਤਾਈਓ ਸ਼ਰਮੀਲਾ ਤੇਰਾ ਪਾਣੀ ਪਰੇ ਨੀ ਹੋਰ ਨਾ ਕੋਈ ਨੀ ਤੇਰੇ ਰੰਗ ਵਰਗੀ ਚੱਟੀ ਮੇਲੀ ਜੱਟ ਨੂੰ ਪਤੰਗ ਵਰਗੀ ਹੋਰ ਨਾ ਕੋਈ ਨੀ ਨੀ ਹਲੋ ਲੱਖ ਰੁਪਏ ਵਾਲੇ ਫੋਨ ਚ ਨੀ ਖਾਸ ਚੀਜ਼ ਹੈਗੀ ਕੀ ਆ ਦੱਸੋ ਜੀ ਮਾੜੀ ਜੀ ਰਹਿ ਦੋ ਬਈ ਲੱਖ ਰੁਪਈਏ ਚ ਕੀ ਇਹਦੇ ਚ ਕੀ ਖਾਸ ਆ ਕੀ ਗੱਲ ਬਈ ਕਿਵੇਂ ਬਈ ਬਸ ਇਹੋ ਜਿਹੀ ਚੀਜ਼ ਦੱਸ ਦੇ ਜਿਹੜੀ ਮੈਂ ਇਹਦੇ ਚ ਨੀ ਕਰ ਸਕਦਾ ਉਹਦੇ ਚ ਕਰ ਸਕਦਾ ਐਪਲ ਵਾਲਿਆਂ ਦੀ ਚੀਜ਼ ਦੱਸ ਦੋ ਜਿਹੜੀ ਮੈਂ ਆਹ 15,000 ਵਾਲੇ ਫੋਨ ਚ ਨਹੀਂ ਕਰ ਸਕਦਾ ਮੋਡ ਵੀ ਲਿਆ ਪੋਰਟਰੇਟ ਮੋਡ ਇਹਦੇ ਚ ਵੀ ਆ ਸੈਲਫੀ ਚ ਹਾਂ ਹੁਣ ਲੱਖ ਰੁਪਇਆ ਸਾਰਾ ਕੁਛ ਉਦੋਂ ਬਾਅਦ ਮੇਰੇ ਫੋਨ ਦੀ ਹੋ ਗਈ ਬੈਟਰੀ ਲੋ ਸੋ ਉਹਦੇ ਲਈ ਮਾਫ਼ੀ ਆ ਅੱਗੇ ਵਲੌਗ ਹੋਰ ਵਧੀਆ ਆਉਣਗੇ ਤਾਂ ਬਸ ਹੋਈ ਅਸੀਂ ਕਾਲਜ ਫਰੈਂਡ ਤੋਂ ਇਕੱਠੇ ਹੋਏ ਯਾਰ ਦੋਸਤ ਗਏ ਮੋਗੇ ਡਿਗਰੀ ਲੈਣ
ਤੇ ਤੁਹਾਨੂੰ ਦਿਖਾਤਾ ਜਿਹੜਾ ਕੁਛ ਅਸੀਂ ਕੀਤਾ। ਉਮੀਦ ਆ ਤੁਹਾਨੂੰ ਪਸੰਦ ਆਇਆ ਹੋਊ ਇਹ ਵਲੌਗ। ਜੇ ਵਲੌਗ ਪਸੰਦ ਆਇਆ ਲਾਈਕ ਦੱਬਿਓ ਯਾਰ, ਅਤੇ ਕਮੈਂਟ 'ਚ ਜ਼ਰੂਰ ਦੱਸਿਓ ਵੀ ਅਸੀਂ ਕੀ ਹੋਰ ਸੁਧਾਰ ਕਰ ਸਕਦੇ ਹਾਂ, ਅਤੇ ਆਪਣਾ ਇਵੇਂ ਕਨੈਕਸ਼ਨ ਬਣਿਆ ਰਹੇ। ਬਾਈ ਮੇਰਾ ਵਟਸਐਪ ਨੰਬਰ ਡਿਸਕ੍ਰਿਪਸ਼ਨ 'ਚ ਹੁੰਦਾ, ਤੁਸੀਂ ਮੈਨੂੰ ਵਟਸਐਪ 'ਤੇ ਮੈਸੇਜ ਕਰਕੇ ਆਪਣੇ ਹੋਰ ਰਾਏ ਦੇ ਸਕਦੇ ਹੋ, ਅਤੇ ਆਪਣਾ ਫੇਸਬੁੱਕ ID ਵੀ ਸਾਰਾ ਕੁਛ ਥੱਲੇ ਹੈਗਾ ਡਿਸਕ੍ਰਿਪਸ਼ਨ 'ਚ, ਉਹਤੇ ਵੀ ਲਾਈਕ ਅਤੇ ਇੰਸਟਾਗ੍ਰਾਮ 'ਤੇ ਫੋਲੋ ਕਰ ਲਓ, ਸਨੈਪਚੈਟ 'ਤੇ ਐਡ ਕਰ ਲਓ। ਮੈਂ ਕਦੇ ਕਦੇ ਚਲਾਉਣਾ ਬਾਹਲਾ ਚਲਾਉਂਦਾ ਨਹੀਂ, ਪਰ ਤੁਹਾਨੂੰ ਵਧੀਆ ਇੰਸਟਾਗ੍ਰਾਮ 'ਤੇ ਵਧੀਆ ਆਉਂਦਾ ਹੁਣ, ਅਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਆਪਣੀ ਰਾਏ ਜ਼ਰੂਰ ਦਿਓ, ਅਤੇ ਬਹੁਤ ਛੇਤੀ ਆਪਣੇ ਘਰ ਇੱਕ ਨਵਾਂ ਮਹਿਮਾਨ ਆਉਣ ਵਾਲਾ। ਦੱਸਿਓ ਤੁਸੀਂ ਕਿਹੜਾ ਗੈਸ ਕਰਕੇ, ਅਤੇ ਬਾਕੀ ਦੇਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਮੈਂਟਾਂ 'ਚ ਆਏ ਜ਼ਰੂਰ ਦੱਸਿਓ ਕਿਹੜਾ ਨਵਾਂ ਮਹਿਮਾਨ ਆਪਣੇ ਘਰ ਆਉਣਾ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰੇ ਰੰਗ ਵਰਗੀ ਚਿੱਟੀ ਮੇਲੀ ਜੱਟ ਨੂੰ ਪਤੰਗ ਵਰਗੀ, ਲਾਲ ਸੂਹੀ ਜੱਟਾ ਤੇਰੀ ਪੱਗ ਵਰਗੀ, ਧੁੱਪ ਵਿੱਚ ਲੱਗਾ ਨੀਰੀ ਅੱਗ ਵਰਗੀ, ਹਾਏ ਹੌਲੀ ਬੁੱਲ ਤਿੱਤਰਾਂ ਦੀ ਫੰਗ ਵਰਗੀ, ਚਿੱਟੀ ਮੇਲੀ ਜੱਟ ਨੂੰ ਪਤੰਗ ਵਰਗੀ।